ਲੁਧਿਆਣਾ ਦੇ ਪਿੰਡ ਬੁਲਾਰਾ ਦੇ ਵਿੱਚ ਇੱਕ ਵਿਆਹੀ ਔਰਤ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਦੱਸ ਦਈਏ ਕਿ ਪਿੰਡ ਦੇ ਹੀ ਇੱਕ ਨੌਜਵਾਨ ਤੋਂ ਤੰਗ ਪਰੇਸ਼ਾਨ ਕਰਨ ਦੇ ਪਰਿਵਾਰ ਨੇ ਇਲਜ਼ਾਮ ਲਾਏ ਸਨ, ਕਿਹਾ ਕਿ ਮ੍ਰਿਤਕ ਔਰਤ ਦਾ ਪਤੀ ਵਿਦੇਸ਼ ਗਿਆ ਹੈ ਅਤੇ ਦੋ ਬੱਚੇ ਨੇ। ਇਸ ਨੂੰ ਪਿੰਡ ਦੇ ਹੀ ਨੌਜਵਾਨ ਵੱਲੋਂ ਫੋਨ ਤੇ ਗੱਲਬਾਤ ਕਰਨ ਉਸ ਨਾਲ ਫਰੈਂਡ ਸਰਕਲ ਦੇ ਵਿੱਚ ਰਹਿਣ ਦਾ ਦਬਾਅ ਪਾਇਆ ਜਾਂਦਾ ਸੀ, ਜਿਸ ਦੇ ਚਲਦੇ ਉਕਤ ਮ੍ਰਿਤਕ ਔਰਤ ਨੇ ਮਨਾ ਕਰ ਦਿੱਤਾ। ਉਸਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਨਿਰਮਲ ਸਿੰਘ ਜੀ, ਮੈਂ ਪਿੰਡ ਬੁਲਾਰਾ। ਹਾਂਜੀ, ਮਸਲਾ ਇਹੀ ਹੈ ਜੀ, ਸਾਡੀ ਮਤਲਬ ਰਿਲੇਟਿਵ ਸੀਗੇ ਬਹੁਤ ਜ਼ਿਆਦਾ ਨਜ਼ਦੀਕ ਜੀ, ਠੀਕ ਹੈ ਜੀ, ਅਤੇ ਇਹਨਾਂ ਨੇ ਇੰਨਾ ਜ਼ਿਆਦਾ ਉਹਨੂੰ ਕੁੜੀ ਨੂੰ ਫੋਰਸ ਕਰਤਾ ਸੀ, ਬਹੁਤ ਜ਼ਿਆਦਾ ਦਬਾਅ ਪਾਉਂਦਾ ਸੀ ਅਤੇ ਮਤਲਬ ਇਹਨਾਂ ਉਹਨੂੰ ਪਰੇਸ਼ਾਨ ਕਰਤਾ ਕਿ ਮਰਨ ਲਈ ਮਜਬੂਰ ਕਰਤਾ। ਬਹੁਤ ਟਾਈਮ ਤੋਂ ਕਰ ਰਿਹਾ ਸੀ, ਜਾਣੀ ਥੋੜ੍ਹੇ ਟਾਈਮ ਤੋਂ ਨਹੀਂ, ਬਹੁਤ ਟਾਈਮ ਤੋਂ ਕਰ ਰਿਹਾ ਸੀ ਉਹ। ਲੜਕਾ ਕੌਣ ਸੀ ਉਹ? ਲੜਕਾ ਮਹਿੰਦਰ ਸਿੰਘ ਜੀ, ਬੁਲਾਰਾ ਹਰਵਾਸ ਸਿੰਘ। ਬਸ ਉਹ ਬਦਤਮੀਜ਼ੀ ਜੀ, ਬੇਵਕੂਫੀ। ਚਲੋ ਬੱਚੇ ਨੇ ਆਪਣਾ ਬੱਚਾ ਲਾਈਕ ਨਹੀਂ ਕਰਦਾ ਤੁਹਾਨੂੰ, ਜੋ ਕੋਈ ਰਿਸਪੋਂਸ ਨਹੀਂ ਦਿੰਦਾ, ਆਪਾਂ ਬੱਚੇ ਨੂੰ ਕਿਉਂ ਪਰੇਸ਼ਾਨ ਕਰਦੇ ਹਾਂ? ਉਹਨੂੰ ਇੰਨਾ ਪਰੇਸ਼ਾਨ ਕਰਦਾ ਸੀ ਕੁਛ ਕਹਿਣ ਦੀ ਆਦਤ। ਹਾਂਜੀ ਬਾਈ, ਉਹ ਦੋ ਬੱਚੇ ਆ, ਦੋ ਬੱਚੇ ਹਸਬੈਂਡ ਉਹਨਾਂ ਦੇ ਬਾਹਰ ਸੀ। ਹਾਂਜੀ, ਉਸ ਤੋਂ ਬਾਅਦ ਕੀ ਹੋਇਆ? ਲੜਕੀ ਨੇ ਕਹਿੰਦੇ ਡੈਥ ਕਰ ਲਈ ਆਪਣੇ, ਮਜਬੂਰ ਹੋ ਕੇ ਦਵਾਈ ਖਾ ਲਈ, ਫਿਰ ਇੰਨਾ ਮਜਬੂਰ ਕਰਦਾ, ਮਰਨ ਲਈ ਮਜਬੂਰ ਕਰਤਾ ਉਸ ਇਨਸਾਨ ਨੇ। ਸਦਰ ਥਾਣਾ ਆਇਆ ਜੀ ਅਸੀਂ ਇਨਸਾਫ ਲੈਣ ਲਈ, ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਬਸ ਤੇ ਉਹ ਲੜਕਾ ਕਿੱਥੇ ਹੈ ਜੀ? ਲੜਕਾ ਫਰਾਰ ਹੈ, ਫਰਾਰ ਨੇ ਸਾਰਾ ਟੱਬਰੇ ਫਰਾਰ ਕਰਵਾ ਦੇਣਾ ਚਾਹੀਦੀ ਆ। ਮੇਰਾ ਨਾਮ ਅਣਜੀਤ ਕੌਰ ਆ ਜੀ। ਕੀ ਮਸਲਾ ਕੀ ਹੈ ਜੀ? ਅਸੀਂ ਜੀ ਕਹਿੰਦੇ ਵੀ ਉਹਨਾਂ ਦਾ ਘਰ ਦਾ ਜੀ ਚੱਕਿਆ ਜਾਣਾ ਚਾਹੀਦਾ, ਵੀ ਸਾਨੂੰ ਇਹ ਉਹਨਾਂ ਤੱਕ ਇਨਸਾਫ ਮਿਲਣਾ ਚਾਹੀਦਾ, ਸਾਨੂੰ ਸਾਡੇ ਪਿੰਡ ਦਾ ਇਨਸਾਫ ਹੋਣਾ ਚਾਹੀਦਾ। ਕੱਲ੍ਹ ਨੂੰ ਕੋਈ ਹੋਰ ਵੀ ਕਰ ਸਕਦਾ ਇਹ ਗੱਲ, ਜਾਣੀ ਜਿਹੜੇ ਮੁੰਡੇ ਨੇ ਗਲਤੀ ਕਰੀ ਆ, ਬਹੁਤ ਜ਼ਿਆਦਾ ਗਲਤ, ਕਰਦਾ ਕੋਠੇ 'ਤੇ ਖੜ ਕੇ ਸਾਰਿਆਂ ਨੂੰ ਗਾਲਾਂ ਕੱਢਦਾ ਸੀ, ਸਾਨੂੰ ਜੀਣਾ ਰਹਿਣ ਕਰਿਆ ਪਏ ਸਾਡੇ ਬੇੜੇ ਨੂੰ ਹੁਣ ਉਹਦਾ। ਤੁਹਾਡੇ ਪਿੰਡ ਦਾ ਹੀ ਸੀ? ਹਾਂਜੀ, ਸਾਡੇ ਪਿੰਡ ਦਾ ਹੀ ਆ ਮੁੰਡਾ। ਇਹਨਾਂ ਦੇ ਕੋਠੇ ਤੋਂ ਦੋ ਥੋੜ੍ਹਾ ਜਿਹਾ ਫਰਕ ਆ, ਬਸ 200 ਗਜ਼, 300-250 ਗਜ਼ ਪਿੱਛੇ ਜਗ੍ਹਾ ਇਹਨਾਂ ਦੀ, ਸਾਹਮਣੋ ਸਾਹਮਣੇ ਕੋਠੇ 'ਤੇ ਖੜ੍ਹ ਕੇ ਕੋਠੇ 'ਤੇ ਖੜ ਕੇ ਗੰਦਾ ਬੰਦਾ ਵੱਧ ਬੋਲਦਾ ਸੀ। ਲੜਾਈ ਤੋਂ ਬਾਅਦ ਫੋਨ ਵੀ ਕਰਦਾ ਸੀ, ਲੜਾਈ ਤੋਂ ਬਾਅਦ 250 ਫੋਨ ਆਇਆ ਮੁੰਡੇ ਦੇ, ਇਹਨਾਂ ਦੇ ਮੋਬਾਈਲ 'ਤੇ ਫੋਨ ਅੱਡੋ ਅੱਡੀ ਫੋਨ ਤੋਂ ਫੋਨ ਕਰਦਾ ਸੀ, ਵੀ ਫੋਨ ਜਦ ਮੁੰਡਾ ਬੋਲਦਾ ਸੀ ਉਹਦਾ ਫੋਨ ਬੰਦ ਕਰਦਾ, ਜਦੋਂ ਆਪ ਬੋਲਦੀ ਸੀ ਫਿਰ ਉਹ ਗੰਦਾ ਬੰਦਾ ਬੋਲਦਾ ਸੀ। ਉਹਨੇ ਉਸ ਕਰਕੇ ਉਹਨੇ ਇਹ ਕਸਮ ਚੱਕਿਆ, ਸਾਨੂੰ ਕੋਈ ਪਤਾ ਨਹੀਂ, ਅਸੀਂ ਜਦੋਂ ਗਏ ਹਾਂ ਤਾਂ ਵਿਚਾਰੀ ਉਹ ਤੜਫਦੀ ਸੀ ਪਈ। ਕਦੋਂ ਦੀ ਗੱਲ ਹੈ? ਇਹ ਕੱਲ੍ਹ ਜੀ, ਪਰਸੋਂ ਦੀ ਜੀ, 9 ਵਜੇ ਦੀ ਗੱਲ ਵਾ। 10 ਵਜੇ ਸਾਡੀ ਕੁੜੀ ਪੜ੍ਹਦੀ, ਉਹਦੇ ਕੋਲ ਪਟੂ ਆਹ ਕਰਦੀ ਸੀ, ਕੱਪੜਾ ਲਈ ਸਿਲਾਈ ਕਰਦੀ ਸੀਗੀ। ਉਹ ਤੋਂ ਬਾਅਦ ਜਦੋਂ ਕੁੜੀ ਗਈ, ਉਹਨੂੰ ਕਹੀ ਤੂੰ ਘਰ ਨੂੰ ਜਾ, ਮੈਨੂੰ ਉਲਟੀਆਂ ਲੱਗੀਆਂ। ਜਦੋਂ ਵਿਚਾਰੀ ਗਰੇ ਵਾਲੇ ਦੇ ਗਈ, ਉੱਥੇ ਇੱਕ ਜਾ ਕੇ ਕਿਹਾ ਵੀ ਮੈਂ ਦਵਾਈ ਪੀ ਲਈ। ਡਾਕਟਰ ਨੇ ਪੁੱਛਿਆ ਵੀ ਮੈਂ ਦਵਾਈ ਪੀ ਲਈ, ਹਾਂਜੀ ਡੈਥ ਹੋਈ। ਦਵਾਈ ਪੀਤੀ ਤੋਂ ਬਾਅਦ ਫਿਰ DMC ਚਲੀ ਗਈ, ਉੱਥੇ ਜਾ ਕੇ ਡੈਥ ਹੋਈ ਹੈ, ਡੇਢ ਘੰਟੇ ਬਾਅਦ ਹੋਈ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।